ਜੇ ਆਪਣੇ ਨੁਮਾਇੰਦੇ ਕਿਤੇ ਚੰਗੇ ਨਿਕਲ ਆਉਂਦੇ। ਅਸੀਂ ਮਾਫ਼ੀ ਵੀ ਮੰਗਦੇ ਹਾਂ ਤੁਹਾਡੇ ਤੋਂ ਕਿ ਸਾਡੇ ਤੋਂ ਬੰਦਾ ਪਰਖਣ 'ਚ ਗਲਤੀ ਹੋਊਗੀ। ਇਨਸਾਨ ਆ, ਗਲਤੀਆਂ ਦਾ ਪੁਤਲਾ ਹੈ। ਕਈ ਵਾਰ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਬੰਦੇ ਦੇ ਮਨ 'ਚ ਕੀ ਹੈ, ਅਤੇ ਮੈਨੂੰ ਲੱਗਦਾ ਸੇਵਾ ਭਾਵਨਾ, ਲੋਕ ਸੇਵਾ ਤਾਂ ਉਹਨਾਂ ਦੇ ਮਨ 'ਚ ਸੀਗੀ ਹੋਈ ਨਹੀਂ। ਉਹਨਾਂ ਦਾ ਏਜੰਡਾ ਕੁਛ ਹੋਰ ਹੀ ਸੀਗਾ। ਆਪਦਾ ਲਾਲਚ, ਲੋਭ ਜਦੋਂ ਬੰਦੇ 'ਤੇ ਭਾਰੀ ਪੈ ਜਾਂਦਾ ਹੈ ਤਾਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਸਤਿਕਾਰਯੋਗ ਆਮ ਆਦਮੀ ਪਾਰਟੀ ਦੇ MLA ਸਾਹਿਬਾਨ, ਵਰਕਰ ਸਾਹਿਬਾਨ, ਵਲੰਟੀਅਰ ਸਾਹਿਬਾਨ, ਮੇਰੇ ਬਜ਼ੁਰਗ ਮਾਵਾਂ, ਭੈਣਾਂ, ਵੀਰ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ, ਜਿਹੜਾ ਇੱਕ ਬਾਈ ਇਲੈਕਸ਼ਨ ਦਾ ਭਾਰ ਹੈ ਉਹ ਜਲੰਧਰ ਵੈਸਟ ਦੇ ਲੋਕਾਂ ਤੇ ਪੈ ਗਿਆ, ਜਿਹੜਾ ਪੈਣਾ ਨਹੀਂ ਸੀ ਚਾਹੀਦਾ ਜੇ ਆਪਣੇ ਨੁਮਾਇੰਦੇ ਕਿਤੇ ਚੰਗੇ ਨਿਕਲ ਆਉਂਦੇ। ਅਸੀਂ ਮਾਫ਼ੀ ਵੀ ਮੰਗਦੇ ਹਾਂ ਤੁਹਾਡੇ ਤੋਂ ਕਿ ਸਾਡੇ ਤੋਂ ਬੰਦਾ ਪਰਖਣ 'ਚ ਗਲਤੀ ਹੋਊਗੀ। ਇਨਸਾਨ ਆ, ਗਲਤੀਆਂ ਦਾ ਪੁਤਲਾ ਹੈ। ਕਈ ਵਾਰ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਬੰਦੇ ਦੇ ਮਨ 'ਚ ਕੀ ਹੈ, ਜੇ ਆਪਾਂ ਉਹਨਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਸੇਵਾ ਭਾਵਨਾ, ਲੋਕ ਸੇਵਾ ਤਾਂ ਉਹਨਾਂ ਦੇ ਮਨ 'ਚ ਸੀਗੀ ਹੋਈ ਨਹੀਂ। ਉਹਨਾਂ ਦਾ ਏਜੰਡਾ ਕੁਛ ਹੋਰ ਹੀ ਸੀਗਾ। ਆਪਦਾ ਲਾਲਚ, ਲੋਭ ਜਦੋਂ ਬੰਦੇ 'ਤੇ ਭਾਰੀ ਪੈ ਜਾਂਦਾ ਹੈ ਤਾਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਬੰਦਾ ਸੋਚਣ ਸਮਝਣ ਜੋਗਾ ਰਹਿੰਦਾ ਹੀ ਨਹੀਂ। ਉਹਨੂੰ ਇੰਨਾ ਨਹੀਂ ਯਾਦ ਰਹਿੰਦਾ ਕਿ ਜਿਹੜੇ ਲੋਕਾਂ ਨੇ ਚੁਣ ਕੇ ਉਹਨੂੰ MLA ਬਣਾਇਆ, ਜਿਹੜੇ ਲੋਕਾਂ ਨੇ ਇੰਨਾ ਮਾਣ ਬਖਸ਼ਿਆ, ਉਹ ਥੱਲੇ ਵੀ ਲਾ ਸਕਦੇ ਨੇ। ਤੁਹਾਡੀ ਵੋਟ 'ਚ ਇੰਨੀ ਤਾਕਤ ਹੈ ਕਿ ਤੁਸੀਂ ਬੰਦੇ ਨੂੰ MLA, MP, ਮੰਤਰੀ ਬਣਾ ਵੀ ਸਕਦੇ ਹੋ ਅਤੇ ਉਹਨੂੰ ਲਾ ਵੀ ਸਕਦੇ ਹੋ। ਜੇ ਅਸੀਂ ਵੋਟਾਂ ਮੰਗਣ ਆਉਂਦੇ ਹਾਂ ਤੁਹਾਡੇ ਤੋਂ, ਤਾਂ ਤੁਹਾਡੇ ਕੰਮ ਕਰਾਉਣ ਵੀ ਆਉਣਾ ਚਾਹੀਦਾ। ਜਿਹੜਾ ਲੀਡਰ ਤੁਹਾਡੇ ਤੋਂ ਵੋਟ ਮੰਗ ਕੇ ਜਾਂਦਾ, ਉਹਨੂੰ ਕਿਹਾ ਕਰੋ ਵੀ ਸਾਡੇ ਵਿੱਚ ਵਿਚਰਨਾ ਵੀ ਆ। ਜੇ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ ਅਤੇ ਪਹਿਲਾਂ ਜਲੰਧਰ ਘਰ ਲੈ ਕੇ ਇੱਥੇ ਸ਼ਿਫਟ ਹੋ ਗਏ, ਤਾਂ ਤੁਹਾਡੇ ਵਿੱਚ ਵਿਚਰੇ ਹਾਂ। ਜਿਹੜੇ ਵੋਟ ਦੀ ਤਾਕਤ ਹੈ, ਤੁਸੀਂ ਚੰਗੀ ਤਰ੍ਹਾਂ ਸੋਚ ਸਮਝ ਕੇ ਆਪਦੀ ਵੋਟ ਪਾ ਕੇ ਆਇਓ। ਸਾਰੇ ਮੇਰੇ ਵੀਰ ਸੂਝਵਾਨ ਨੇ, ਭੈਣਾਂ ਸੂਝਵਾਨ ਨੇ, ਪੜ੍ਹੇ ਲਿਖਿਆ ਵਰਗ ਹੈ ਸਾਰਾ। ਵੋਟ ਕਦੇ ਵਿਅਰਥ ਨਾ ਗਵਾਇਓ, ਕਦੇ ਇਹ ਨਾ ਸੋਚਿਓ ਕਿ ਹਤਾਸ਼ ਹੋ ਕੇ ਆਪਾਂ ਵੋਟ ਨਹੀਂ ਪਾਉਣੀ, ਕਿ ਆਪਾਂ ਬਥੇਰੇ ਲੀਡਰ ਦੇਖ ਲਏ। ਤੁਸੀਂ ਇੱਕ ਵਾਰ ਭਗਤ ਜੀ 'ਤੇ ਭਰੋਸਾ ਕਰਕੇ ਦੇਖੋ। ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਭਗਤ ਪਰਿਵਾਰ ਨੂੰ ਤੁਸੀਂ ਸਾਰੇ ਜਾਣਦੇ ਹੋ, ਜ਼ਿਆਦਾ ਤੁਸੀਂ ਨੇੜੇ ਉਹਨਾਂ ਨੂੰ ਦੇਖਿਆ, ਪਰਖਿਆ ਇਹਨਾਂ ਦੇ ਪਰਿਵਾਰ ਨੂੰ। ਜਿੱਥੇ ਵੀ ਜਾਂਦੇ ਹਾਂ ਸਾਰੇ ਸਿਫਤਾਂ ਦੇ ਪੁੱਲ ਬਣਦੇ ਨੇ। ਹਰੇਕ ਬੰਦਾ ਕਹਿੰਦਾ ਕਿ ਅਸੀਂ ਇਹੋ ਜਿਹੇ ਇਮਾਨਦਾਰ ਅਤੇ ਸ਼ਰੀਫ ਕੈਂਡੀਡੇਟ ਨੂੰ ਜਿਤਾ ਕੇ ਭੇਜਣਾ, ਕਿਉਂਕਿ ਜਿੱਦਾਂ ਉਹਨਾਂ ਦੇ ਪਿਤਾ ਜੀ ਨੇ ਵੀ ਜਲੰਧਰ ਵੈਸਟ ਦੀ ਪਹਿਲਾਂ ਸੇਵਾ ਨਿਭਾਈ ਹੈ, ਉਸੇ ਤਰੀਕੇ ਮਹਿੰਦਰ ਭਗਤ ਜੀ ਵੀ ਹੁਣ ਸੇਵਾ ਜਿਹੜੀ ਜਲੰਧਰ ਵੈਸਟ ਦੇ ਨਿਭਾਉਣਗੇ। ਸਾਨੂੰ ਪੂਰਾ ਮਾਣ ਹੈ, ਵਿਸ਼ਵਾਸ ਹੈ। ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਵੋਟ ਪਾਉਣ ਜਾਓਗੇ ਤੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਯਾਦ ਰੱਖਦਿਆਂ ਵੋਟ ਪਾਇਓ। ਇੱਕ ਮਿੰਟ, ਆਪਦੇ ਬੱਚਿਆਂ ਦੇ ਭਵਿੱਖ ਨੂੰ ਯਾਦ ਰੱਖ ਕੇ ਵੋਟ ਪਾਇਓ। ਜਿਹੜੀ ਸਰਕਾਰ ਤੁਹਾਡੇ ਲਈ ਵਧੀਆ ਐਜੂਕੇਸ਼ਨ ਲੈ ਕੇ ਆਈ ਹੈ ਉਹਦੇ ਲਈ ਵੋਟ ਪਾਇਓ, ਵਧੀਆ ਹੈਲਥ ਇਨਫਰਾਸਟ੍ਰਕਚਰ ਆਇਆ ਉਹਦੇ ਲਈ ਵੋਟ ਪਾਇਓ। ਜਿਹੜੀ ਸਰਕਾਰ ਬੱਚਿਆਂ ਨੂੰ ਰੁਜ਼ਗਾਰ ਦੇ ਰਹੀ ਹੈ, ਜਿਹੜੀ ਸਰਕਾਰ ਨੇ 47,000 ਨੌਕਰੀਆਂ ਵੰਡੀਆਂ ਨੇ, ਉਹਨੂੰ ਵੋਟ ਪਾ ਕੇ ਆਇਓ। ਤੁਸੀਂ
ਆਪਦੀ ਵੋਟ ਬਿਜਲੀ ਨੂੰ ਦੇਖ ਕੇ ਪਾ ਕੇ ਆਇਓ। ਅੱਜ ਮੈਨੂੰ ਲੱਗਦਾ 90% ਘਰਾਂ ਦੇ ਬਿੱਲ ਆ ਜਿਹੜੇ ਉਹ ਜ਼ੀਰੋ ਆ ਰਹੇ ਨੇ। ਤੁਸੀਂ ਸਾਰੇ ਮੇਰੇ ਨਾਲ ਸਮਰਥ ਹੋਵੋਗੇ, ਤੁਸੀਂ ਸਾਰੇ ਜਿਨ੍ਹਾਂ ਦੇ ਕੋਲ ਵੀ ਮੈਂ ਜਾਂਦੀ ਹਾਂ, ਹਰੇਕ ਬੰਦਾ ਇਹੀ ਕਹਿੰਦਾ ਕਿ ਬਿੱਲ ਨਹੀਂ ਆ ਰਹੇ, ਜ਼ੀਰੋ ਬਿੱਲ ਆ ਰਿਹਾ। ਸੋ ਇਹ ਗੱਲਾਂ ਤੁਸੀਂ ਯਾਦ ਰੱਖ ਕੇ ਵੋਟ ਪਾ ਕੇ ਆਇਓ ਅਤੇ ਆਪਦੀ ਵੋਟ ਜ਼ਰੂਰ ਪਾਇਓ, ਪੋਲਿੰਗ ਜ਼ਰੂਰ ਕਰਿਓ। ਗਰਮੀ ਬਹੁਤ ਹੈ ਪਰ ਆਪਦੀ ਇੱਕ ਘੰਟਾ ਗਰਮੀ ਝੱਲ ਕੇ ਵੋਟ ਜ਼ਰੂਰ ਪਾ ਕੇ ਆਇਓ, ਵੋਟ ਗਵਾਇਓ ਨਾ ਆਪਦੀ। ਬਹੁਤ ਆਪਾਂ ਨੂੰ ਸ਼ਹੀਦੀਆਂ ਕੁਰਬਾਨੀਆਂ ਕਰਕੇ ਆਪਾਂ ਨੂੰ ਹੱਕ ਮਿਲਿਆ, ਵੋਟਰ ਕਾਰਡ ਮਿਲਿਆ, ਉਹਦਾ ਜ਼ਰੂਰ ਤੁਸੀਂ ਵੱਧ ਤੋਂ ਵੱਧ ਇਸਤੇਮਾਲ ਕਰਿਓ। ਅਤੇ ਅਸੀਂ ਪਰਿਵਾਰ ਵਾਂਗ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੇ ਹਾਂ ਕਿ ਅਸੀਂ ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਆਉਂਦੇ ਰਹਾਂਗੇ, ਕਦੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਤੁਹਾਡਾ ਜਿੰਨਾ ਵੀ ਸੁੱਖਾਂ ਦੁੱਖਾਂ 'ਚ ਹਿੱਸਾ ਹੋ ਸਕਦਾ ਅਸੀਂ ਪਾਵਾਂਗੇ, ਜਿੰਨੇ ਵੀ ਕੋਈ ਧਾਰਮਿਕ ਸਮਾਜਿਕ ਫੰਕਸ਼ਨ ਹੋਣਗੇ ਤੁਹਾਡੇ ਉਹਨਾਂ 'ਚ ਵੀ ਵਿਚਰਾਂਗੇ। ਤੁਹਾਨੂੰ ਸਾਡੇ ਪਰਿਵਾਰ ਤੱਕ ਕੋਈ ਵੀ ਕੰਮ ਹੋਇਆ, ਸਾਡਾ ਘਰ ਬਿਲਕੁਲ ਤੁਹਾਡੇ, ਮੈਨੂੰ ਲੱਗਦਾ 10-15 ਮਿੰਟ ਦਾ ਰਸਤਾ ਇੱਥੋਂ, ਜਦ ਮਰਜ਼ੀ ਆ ਕੇ ਸਾਡਾ ਬੂਹਾ ਖੜਕਾ ਲਿਓ, ਅਸੀਂ ਤੁਹਾਡੇ ਲਈ ਹਮੇਸ਼ਾ ਸੇਵਾ 'ਚ ਹਾਜ਼ਰ ਰਹਾਂਗੇ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ। ਮੈਂ ਮਾਫ਼ੀ ਵੀ ਮੰਗਦੀ ਹਾਂ ਕਿ ਤੁਹਾਨੂੰ ਇੰਤਜ਼ਾਰ ਬਹੁਤ ਲੰਬਾ ਕਰਨਾ ਪਿਆ, ਗਰਮੀ ਬਹੁਤ ਹੈ ਪਰ ਘਰ ਵੀ ਮਿਲਣ ਵਾਲਿਆਂ ਦਾ ਆਂਤਾ ਲੱਗਾ ਹੋਇਆ। ਦਿਲ ਖੁਸ਼ ਹੁੰਦਾ ਕਿ ਲੋਕ ਇੰਨੇ ਚਾਅ ਨਾਲ ਆਸਾਂ ਨਾਲ ਜਿਹਨਾਂ ਦੇ ਕੰਮ ਹੁੰਦੇ ਨੇ ਆਉਂਦੇ ਨੇ, ਅਤੇ ਮਨ ਕਰਦਾ ਕਿ ਜਿੰਨੇ ਲੋਕਾਂ ਨੂੰ ਭੁਗਤਾਇਆ ਜਾ ਸਕਦਾ ਭੁਗਤਾ ਕੇ ਆਈਏ, ਮਿਲ ਕੇ ਆਈਏ, ਕੰਮ ਕਰਾ ਕੇ ਆਈਏ। ਇੱਦਾਂ ਹੀ ਲੋਕ ਸੇਵਾ 'ਚ ਜੁੜੇ ਰਹਾਂਗੇ, ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ। ਆਓ ਆਪਾਂ ਦੋ ਨਾਰੇ ਲਾ ਦਈਏ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਬੋਲੇ ਜ਼ਿੰਦਾਬਾਦ, ਬੋਲੇ ਸੋ ਨਿਹਾਲ।